ਭਾਜਪਾ ਨੂੰ ਨਹੀਂ ਕਰਨਾ ਚਾਹੀਦਾ ਸੀ ਕਰਨਾਟਕ ਦਾ ਨਾਟਕ। ਯਸ਼ਵੰਤ ਸਿਨਹਾ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਆਗੂ ਯਸ਼ਵੰਤ ਸਿਨਹਾ ਨੇ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵੇਲੇ ਭਾਜਪਾ ਵਿੱਚ ਬਹੁਤ ਸੰਵੇਦਨਸ਼ੀਲਤਾ ਸੀ, ਪਰੰਤੂ ਅੱਜ ਦੀ ਭਾਜਪਾ ਪਹਿਲਾਂ ਵਾਲੀ ਭਾਜਪਾ ਨਹੀਂ ਹੈ। ਬਿਲਕੁਲ ਠੀਕ ਕਿਹਾ ਮੈਨੇ, ਕਿਉਂਕਿ ਅਟਲ ਔਰ ਅਡਵਾਨੀ ਕੀ ਜੋ ਭਾਜਪਾ ਥੀ ਵੋ ਬਿਲਕੁਲ ਦੂਸਰੇ ਢੰਗ ਸੇ ਚਲਤੀ ਥੀ, ਉਸਮੇ ਬਹੁਤ ਐਕੋਮੋਡੇਸ਼ਨ ਥਾ ਅਲਗ ਅਲਗ ਵਿਚਾਰੋਂ ਕੇ ਲੀਏ, ਉਸਮੇ ਇੱਕ ਸੰਵੇਦਨਸ਼ੀਲਤਾ ਥੀ, ਉਸਮੇ ਇੱਕ ਸਪੇਸ ਥਾ ਜੋ ਆਜ ਕੇ ਦਿਨ ਉਪਲਬਧ ਨਹੀਂ ਹੈ। ਆਜ ਕੀ ਭਾਜਪਾ ਬਦਲੀ ਬਦਲੀ ਭਾਜਪਾ ਹੈ, ਅਟਲ ਅਡਵਾਨੀ ਕੀ ਭਾਜਪਾ ਨਹੀਂ। ਕੁਛ ਆਂਤਰਿਕ ਜੋ ਪ੍ਰਜਾਤੰਤਰ ਹੈ ਭਾਰਤੀ ਜਨਤਾ ਪਾਰਟੀ ਮੈਂ ਵੋ ਆਜ ਕੇ ਦਿਨ ਨਗਨਯ ਹੈ। ਇਸ ਮੌਕੇ ਕਰਨਾਟਕ ਦੇ ਨਾਟਕ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਰਨਾਟਕ 'ਚ ਭਾਜਪਾ ਨੂੰ ਜਦੋਂ ਪਤਾ ਸੀ ਕਿ ਕਾਂਗਰਸ ਅਤੇ JDS ਨੇ ਮਿਲ ਕੇ ਬਹੁਮਤ ਸਾਬਤ ਕਰ ਦੇਣਾ ਹੈ ਤਾਂ ਭਾਜਪਾ ਨੂੰ ਕਰਨਾਟਕ ਦਾ ਨਾਟਕ ਨਹੀਂ ਕਰਨਾ ਚਾਹੀਦਾ ਸੀ। ਨਾਟਕ ਦੇ ਬਾਰੇ ਮੈਂ ਇਹੀ ਕਹਿਣਾ ਚਾਹੇਂਗੇ ਕਿ ਕਰਨਾਟਕਾ ਕਾ ਨਾਟਕ ਭਾਰਤੀ ਜਨਤਾ ਪਾਰਟੀ ਕੋ ਨਹੀਂ ਕਰਨਾ ਚਾਹੀਏ ਥਾ। ਜਬ JDS ਔਰ ਕਾਂਗਰਸ ਨੇ ਆਪਣਾ ਦਾਅਵਾ ਠੋਕਾ ਔਰ ਸਾਫ ਦਿਖਾਇਆ ਕਿ ਉਨਕੇ ਪਾਸ ਬਹੁਮਤ ਹੈ, ਤੋ ਫਿਰ ਆਪਣਾ ਦਾਅਵਾ ਜੋ ਥਾ ਵੋ ਭਾਰਤੀ ਜਨਤਾ ਪਾਰਟੀ ਕੋ ਵਾਪਸ ਲੈਣਾ ਚਾਹੀਏ ਥਾ, ਵਿਪਕਸ਼ ਮੈਂ ਬੈਠਨੇ ਕਾ ਫੈਸਲਾ ਕਰਨਾ ਚਾਹੀਏ ਥਾ, ਔਰ ਫਿਰ ਇੰਤਜ਼ਾਰ ਕਰਨਾ ਚਾਹੀਏ ਥਾ ਯਾ ਤੋ ਅਗਲੇ ਚੁਣਾਵ ਕਾ ਯਾ ਉਸ ਸਰਕਾਰ ਕੇ ਗਿਰਨੇ ਕਾ। ਇਸ ਮੌਕੇ ਪ੍ਰਸਿੱਧ ਅਦਾਕਾਰ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਰਾਸ਼ਟਰੀ ਮੰਚ ਰਾਹੀਂ ਉਹ ਅੱਗੇ ਵੱਧ ਰਹੇ ਹਨ ਅਤੇ ਲੋਕਾਂ ਦਾ ਉਹਨਾਂ ਨੂੰ ਭਰਮਾ ਸਮਰਥਨ ਮਿਲ ਰਿਹਾ ਹੈ। ਕਿਹਾ ਨਾ ਅਨੁਪਮ ਖੇਰ ਕੇ ਨਾਟਕ ਕਾ ਟਾਈਟਲ ਦਿਆ ਨਾ ਕੁਛ ਵੀ ਹੋ ਸਕਤਾ ਹੈ, ਅਭੀ ਆਗੇ ਆਗੇ ਦੇਖੀ ਹੋਤਾ ਹੈ ਕਿ ਅਭੀ ਤੋ ਸ਼ੁਰੂਆਤ ਹੈ, ਇਬਤਦਾ ਹੈ, ਅਭੀ ਹਮਨੇ ਆਗੇ ਆਗੇ ਬੜੇ ਹੈ ਔਰ ਆਗੇ ਰਾਸ਼ਟਰ ਮੰਚ ਕੇ ਜ਼ਰੀਏ ਮੁੱਦੋ ਕੋ ਲੇਕਰ ਨੈਸ਼ਨਲ ਇੰਟਰੈਸਟ ਮੈਂ ਜਨਤਾ ਕੇ ਹਿੱਤ ਮੈਂ ਬਾਤੋਂ ਕੋ ਆਗੇ ਬੜਾ ਰਹੇ ਹੈ, ਜਗਾ ਰਹੇ ਹੈ, ਜਾਗਰੂਕਤਾ ਲਾ ਰਹੇ ਹੈ ਔਰ ਹਰ ਜਗ੍ਹਾ ਬਹੁਤ ਕਾਮਯਾਬੀ ਕੇ ਸਾਥ ਬਹੁਤ ਪਿਆਰ ਕੇ ਸਾਥ ਬਹੁਤ ਭਰਪੂਰ ਸਮਰਥਨ ਮਿਲ ਰਿਹਾ ਹੈ ਔਰ ਜੈਸਾ ਕਿਸੇ ਨੇ ਪੁੱਛਾ ਤਾ ਅਭੀ ਕਿਸ ਇਹ ਕੈਸਾ ਅੰਦੋਲਨ ਕੀ ਸ਼ੁਰੂਆਤ ਅਗਲਾ ਕਿਆ ਹੋਗਾ, ਉਹ ਮੈਂ ਉਸ ਪਰ ਇਹੀ ਕਹਿਤਾ ਹਾਂ ਕਿ ਚਾਈਨੀਜ਼ ਮੈਂ ਕਹਾਵਤ ਹੈ, ਜਰਨੀ ਆਫ 1000 ਮਾਈਲਸ ਮਸਟ ਬਿਗਿਨ ਵਿਦ ਅ ਸਿੰਗਲ ਸਟੈਪ, ਹਜ਼ਾਰੋਂ ਮੀਲ ਲੰਬੀ ਯਾਤਰਾ ਕੀ ਸ਼ੁਰੂਆਤ ਪਹਿਲੇ ਉੱਠੇ ਹੋਏ ਔਰ ਬੜੇ ਹੋਏ ਕਦਮ ਸੇ ਹੋਤੀ ਹੈ ਔਰ ਅਬ ਤੋ ਦੇਖੀਏ ਕਿਤਨੇ ਕਦਮ ਸਾਥ ਉੱਠ ਗਏ ਹੈ। ਮੈਂ ਸਿਰਫ ਹਰਮੋਹਨ ਧਵਨ ਜੀ ਕਾ ਜ਼ਿਕਰ ਨਹੀਂ ਕਰ ਰਹਾ ਹਾਂ, ਹਮ ਆਪਣੇ ਫਾਰਮਰ ਅੰਬੈਸਡਰ ਕੇਸੇ ਸਿੰਘ ਜੀ ਕਾ ਜ਼ਿਕਰ ਨਹੀਂ ਕਰ ਰਹਾ ਹਾਂ, ਬਲਕਿ ਆਪਣੇ ਦੇਖਾ ਹੋ ਕਿ ਤੇਜਸਵੀ ਯਾਦਵ ਸੇ ਲੈ ਕੇ ਅਖਿਲੇਸ਼ ਯਾਦਵ ਸੇ ਲੈ ਕੇ ਹਰ ਪਾਰਟੀ ਕੇ ਆਪ ਨਾਮ ਲੈ, ਚਾਹੇ ਵੋ ਦਿਨੇਸ਼ ਤ੍ਰਿਵੇਦੀ ਵਹਾਂ ਪਰ ਮਮਤਾ ਬੈਨਰਜੀ ਕੀ ਪਾਰਟੀ ਸੇ ਲੈ ਕੇ ਸਭ ਇਤਨੇ ਅਦਭੁਤ ਲੋਕ ਬੜੇ ਬੜੇ ਅੱਛੇ ਅੱਛੇ ਪ੍ਰਭਾਵਸ਼ਾਲੀ ਲੋਕ ਸ਼ਾਮਿਲ ਹੋਏ ਹੈ, ਤੋ ਮੈਂ ਸਮਝਤਾ ਹੂੰ ਭਵਿਸ਼ਯ ਹਮਾਰਾ ਯਾਨੀ ਹਮਾਰੇ ਰਾਸ਼ਟਰ ਮੰਚ ਕੇ ਜ਼ਰੀਏ ਭਾਰਤ ਕਾ ਭਵਿਸ਼ਯ ਉਜਵਲ ਹੈ।